ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆ ਜਾਓ ਅੱਜ ਤੁਹਾਨੂੰ ਆਪਣਾ ਰਾਮ ਸਿੰਘ ਦਿਖਾਈਏ। ਹੁਣ ਤੂੜੀਆਂ ਤਾੜੀਆਂ ਕਰ ਰਹੇ ਹਾਂ ਅਤੇ ਇਹ ਮੁੰਡਾ ਲਿਬੜ ਜਾਂਦਾ ਬਿਲਕੁਲ, ਐਨ ਸਾਰਾ ਲਿਬੜਿਆ ਪਿਆ ਦੇਖੋ। ਹੁਣ ਇਹਦਾ ਖਰਖਰਾ ਬੁਰਸ਼ ਕਰਾਂਗੇ ਅਤੇ ਜਦੋਂ ਇਹ ਭੱਜਦਾ ਦੌੜਦਾ ਤਾਂ ਜਿਹੜੀ ਮਿੱਟੀ ਉੱਡਦੀ ਆ ਉਹਦੇ ਨੱਕ 'ਚ ਵੀ ਚਲੀ ਜਾਂਦੀ ਆ। ਬਾਕੀ ਜਦੋਂ ਗਰਮੀ ਆਈ ਹੋਈ ਹੁੰਦੀ ਆ ਇਹ ਲੇਟ ਮਾਰਦਾ ਅਤੇ ਉਦੋਂ ਲਿਬੜ ਬਹੁਤ ਜਾਂਦਾ ਇਹ। ਇਹਨੂੰ ਤਾਜ਼ਾ ਪਾਣੀ ਪਿਆਉਂਦੇ ਆਪਾਂ ਅਤੇ ਹੁਣ ਇਹਦਾ ਸਾਰਾ ਜਿਹੜਾ ਇੱਧਰ ਕਾਮਰਾ ਪੈਡੋਕ ਆ ਛਿੜਕਾਂਗੇ ਆਪਾਂ। ਦੱਸਿਓ ਕਿਵੇਂ ਆਪਣਾ ਰਣ ਸਿੰਘ? ਹੁਣ ਥੋੜ੍ਹੀ ਜਿਹੀ ਹੁਣ ਕੇਅਰ ਇਹਦੀ ਘਟੀ ਹੋਈ ਆ ਕਿਉਂਕਿ ਸ਼ੂਟ ਚੱਲ ਰਿਹਾ ਤਾਂ ਕਰਕੇ, ਪਰ ਸ਼ਰਾਰਤ ਬਹੁਤ ਕਰਦਾ ਪਹਿਲਾਂ ਨਾ। ਹਾਂਜੀ ਕਿਵੇਂ ਜੀ? ਜਦੋਂ ਮੈਂ ਪਾਣੀ ਛਿੜਕੂ ਨਾ ਇਹ ਅਤੇ ਉਦੋਂ ਆਪ ਇਹਨੂੰ ਆਉਂਦਾ ਜੀ ਮੈਨੂੰ ਨਵਾ ਦੇ। ਇੱਕ ਹੋਰ ਹੁਣ ਪਾਣੀ ਪੂਣੀ ਛਿੜਕਾਂਗੇ ਆਪਾਂ ਤਾਂ ਮੇਰੇ ਕੋਲ ਆ ਕੇ ਖੜ ਜਾਂਦਾ ਹੁੰਦਾ ਇਹ ਆਪਣੇ ਆਪ। ਆ ਜਾ ਹੋਰ ਰਣਾ, ਬਾਕੀ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਘੋੜੇ ਦੇ ਪੈਰ ਪੂਰ, ਕਿਉਂਕਿ ਹੁਣ ਜਿਵੇਂ ਖੁਸ਼ਕ ਮੌਸਮ ਆ ਰਿਹਾ ਪੈਰਾਂ 'ਤੇ ਤੇਲ ਤੂਲ ਜ਼ਰੂਰ ਲਾਉਂਦੇ ਰਿਹਾ ਕਰੋ। ਬਾਕੀ ਇਹਨਾਂ ਦੇ ਕਮਰੇ ਜ਼ਰੂਰ ਛਿੜਕ ਕੇ ਰੱਖਿਆ ਕਰੋ ਬਾਈ, ਜ਼ਰੂਰੀ ਹੈ ਇਹ। ਆਪਾਂ ਵੀ ਛਿੜਕ ਕੇ ਰੱਖਦੇ ਹਾਂ। ਆ ਜਾ ਪੁੱਤ, ਆ ਜਾ ਖੜਕੇ, ਆਰਾਮ ਨਾਲ ਨਹਾਊਗਾ, ਇਹਨੂੰ ਆਰਾਮ ਆਉਂਦਾ ਹੋਵੇ ਜਿਵੇਂ। ਖੜ ਜਾ, ਮੈਂ ਇੱਕ ਹੱਥ ਨਾਲ ਕੈਮਰਾ ਫੜਿਆ ਹੋਇਆ ਅਤੇ ਇੱਕ ਨਾਲ ਇਹਨੂੰ ਨਵਾ ਰਿਹਾ ਕਿਉਂਕਿ ਆਹ ਦਿਨ ਨੇ ਜਿਹੜੇ ਇਹ ਸੁਸਤੀ ਵਾਲੇ ਦਿਨ ਹੁੰਦੇ ਆ। ਥੋੜ੍ਹਾ ਜਿਹਾ ਮੈਨੂੰ ਐਂ ਲੱਗਦਾ ਵੀ ਮੇਰੀ ਕੇਅਰ ਘੱਟ ਗਈ ਜਿਵੇਂ ਵੀ ਲਿੱਸਾ ਹੋ ਗਿਆ ਹੋਵੇ ਇਹ। ਬਾਕੀ ਤੁਸੀਂ ਦੱਸ ਦਿਓ ਵੀਡੀਓ 'ਚ। ਖੜ੍ਹ ਜਾ ਪੁੱਤ, ਹੁਣ ਇਹਨੂੰ ਮੈਂ ਇਸੇ ਤਾਂ ਮੈਂ ਉੱਧਰ ਜਾ ਕੇ ਨਵਾਉਂਗਾ, ਪਰ ਇਹਨੂੰ ਜਾ ਉਰੇ ਮੈਂ ਪਾਣੀ ਛਿੜਕਦਾ ਹੁੰਦਾ, ਇਹ 'ਤੇ ਪਾਣੀ ਛਿੜਕਦਾ ਨਾ ਮੈਂ ਆਰਾਮ ਨਾਲ। ਜਦੋਂ ਗਰਮੀ ਜ਼ਿਆਦਾ ਹੋਵੇ ਜਾਂ ਘੋੜੇ ਨੂੰ ਗਰਮੀ ਆਈ ਹੋਈ ਹੋਵੇ ਉਦੋਂ ਆਪਾਂ ਨੂੰ ਐਵੇਂ ਨਹੀਂ ਘੋੜਾ ਨਵਾਉਣਾ ਚਾਹੀਦਾ ਆਪਣਾ, ਕਿਉਂਕਿ ਹੁਣ ਮੌਸਮ ਠੀਕ ਆ। ਆਹ ਦੇਖਿਓ ਰੋ ਕਿਵੇਂ ਗੁਲਾਬੀ ਨਿਕਲਿਆ ਜਿੱਥੋਂ ਆਪਾਂ ਨੇ ਨਵਾਤਾ ਇਹ। ਖੜ ਜਾ ਓਏ ਰਣ, ਖੜ ਜਾ ਪੂਰੀ ਖੜ ਜਾ, ਇਹ ਇਹਦੀ ਫੇਵਰੇਟ ਜਗ੍ਹਾ ਇੱਧਰ। ਹੁਣ ਤੁਸੀਂ ਦੇਖਦੇ ਜਾਇਓ ਕਿਵੇਂ ਮਿੰਟਾਂ 'ਚ ਇਹ ਗੁਲਾਬੀ ਨਿਕਲਿਆ ਹੋਊਗਾ ਜਾਂ ਜਿਵੇਂ ਜਿਵੇਂ ਨਵਾਤਾ ਆਪਾਂ ਨੇ।
ਇਹਦੀ ਘੋੜੇ ਹੁਣ ਇਹ ਦਿਨਾਂ 'ਚ ਨਵਾ ਦੇਣੇ ਚਾਹੀਦੇ ਹੁੰਦੇ ਆ ਨੁਕਰੇ ਤਾਂ ਖਾਸ ਕਰਕੇ, ਕਿਉਂਕਿ ਨੁਕਰਾ ਤੁਹਾਨੂੰ ਪਤਾ ਹੀ ਆ ਰੰਗ ਸਾਂਭਣਾ ਬਹੁਤ ਔਖਾ, ਨੁਕਰੇ ਨੂੰ ਨੁਕਰਾ ਬਣਾ ਕੇ ਰੱਖਣਾ ਬਹੁਤ ਔਖਾ ਹੁੰਦਾ। ਅਤੇ ਹੁਣ ਇਹਨੂੰ ਮੈਂ ਲੈ ਕੇ ਜਾਊਂ ਘੋੜੀਆਂ ਵਾਲੇ ਪਾਸੇ। ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਵੀ, ਇਕੱਲਾ ਪਾਣੀ ਮਾਰ ਕੇ ਨਹੀਂ ਘੋੜੇ 'ਤੇ ਕਦੇ ਵੀ ਛੱਡਣਾ ਚਾਹੀਦਾ, ਇਹਦੇ ਨਾਲ ਖਾਰਸ਼ ਵਗੈਰਾ ਜੀ ਹੋ ਜਾਂਦੀ, ਕਿਉਂਕਿ ਮਿੱਟੀ ਰਹਿ ਜਾਂਦੀ ਹੈ ਨਾ ਵਾਲਾਂ 'ਚ, ਮਿੱਟੀ ਆਪਾਂ ਨੂੰ ਬੁਰਸ਼ ਮਾਰ ਕੇ ਸਾਬਣ ਸੁਬਣ ਮਾਰ ਕੇ ਕੱਢ ਦੇਣੀ ਚਾਹੀਦੀ ਹੈ ਸਾਰੀ। ਅਤੇ ਹੁਣ ਜਿਵੇਂ ਇਹ 'ਤੇ ਵੀ ਪਾਣੀ ਮਾਰਤਾ ਆਪਾਂ ਨੇ, ਥੋੜ੍ਹਾ ਮੋਟਾ ਨਹਾ ਵੀ ਲਿਆ, ਇਹਦਾ ਕਮਰਾ ਵੀ ਜਿਹੜਾ ਛਿੜਕਿਆ ਗਿਆ, ਹੁਣ ਇਸ ਜਗ੍ਹਾ ਤੋਂ ਆਪਾਂ ਇਹਨੂੰ ਚੇਂਜ ਕਰ ਦਾਂਗੇ, ਇਹਨੂੰ ਦੂਜੇ ਕਮਰੇ 'ਚ ਕਰਾਂਗੇ। ਅਤੇ ਦੱਸਿਓ ਫਿਰ ਕਿਵੇਂ ਲੱਗਿਆ ਆਪਣਾ ਰਣ ਸਿੰਘ, ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਆਇਆ ਪੁੱਤ ਆਜੋ, ਆ ਜਾ। ਓਕੇ ਜੀ, ਥੈਂਕ ਯੂ, ਧੰਨਵਾਦ ਸਾਰੇ ਦੋਸਤਾਂ ਦਾ ਜੀ।